ਸਾਨੂੰ ਕੋਝੀ ਵੇਖਣਾ ਛੱਡਵੇ ਸਾਨੂੰ ਕੋਝੀ ਵੇਖਣਾ ਛੱਡਵੇ ਤੁਸਾਂ ਭੱਲਿਆਂ ਦੇ ਹੱਥ ਲੱਜਵੇ ਤੁਸਾਂ ਭੱਲਿਆਂ ਦੇ ਹੱਥ ਲੱਜਵੇ ਸਾਨੂੰ ਕੋਝੀ ਵੇਖਣਾ ਛੱਡਵੇ ਛੱਡਵੇ ਨਾ ਛੱਡਵੇ ਮਾਇਆ ਸਾਨੂੰ ਕੋਝੀ ਵੇਖਣਾ ਛੱਡਵੇ ਤੁਸਾਂ ਭੱਲਿਆਂ ਦੇ ਹੱਥ ਲੱਜਵੇ ਤੁਸਾਂ ਭੱਲਿਆਂ ਦੇ ਹੱਥ ਲੱਜਵੇ ਸਾਨੂੰ ਤੁਹਾਡੀ ਜ਼ਾਤ ਤੇ ਮਾਰੇ ਅਜੇ ਕੁਝ ਹਜ਼ੂਰ ਦੀ ਜ਼ਾਤ ਤੇ ਮਾਣੇ ਹੱਥਾਂ ਨੂੰ ਚਾਲੂ ਚੀਆ ਕੋ ਸੁਭਾਨ ਅੱਲਾ ਸਾਨੂੰ ਤੁਹਾਡੀ ਜ਼ਾਤ ਤੇ ਮਾਰੇ ਕੁਰਬਾਨ ਤੂੰ ਸਾਤੋਂ ਜਲਦੀ ਜਾਣੇ ਆਕਾ ਕੁਰਬਾਨ ਤੂੰ ਸਾਤੋਂ ਜਲਦੀ ਤੁਹਾਡਾ ਮੁਖ ਜੀਵੇ ਕੁਰਆਨੇ ਤੁਹਾਡਾ ਮੁਖ ਜੀਵੇ ਕੁਰਆਨੇ ਤੁਹਾਡੀ ਦੀਦ ਅਸਾਡਾ ਹਜੀਵੇ ਤੁਹਾਡੀ ਦੀਦ ਅਸਾਡਾ ਹਜਵੇ ਤੁਸਾਂ ਭੱਲਿਆਂ ਦੇ ਹੱਥ ਲੱਜਵੇ ਤੁਸਾਂ ਭੱਲਿਆਂ ਦੇ ਹੱਥ ਲੱਜਵੇ ਆਪ ਦੀਦੀ ਹੈ ਦਾਰੂ ਦੁਖੀਆਂ ਦਾ ਜ਼ਖਮਾਂ ਤੇ ਮਰਹਮ ਲੋਹਾ ਮੇਰੀ ਅੱਖੀਆਂ ਨੂੰ ਨਾ ਲੈਣ ਸਮਝ ਕੇ ਕਦੀ ਪੈਰਾਂ ਦੇ ਵਿੱਚ ਪੋਹਾ ਕਦੀ ਪੈਰਾਂ ਦੇ ਵਿੱਚ ਪੋਹਾ ਆਪ ਦਾ ਹਿਜਰੇ ਤੇ ਪੱਥਰ ਵੀ ਨਹੀਂ ਸਹਿ ਸਕਦੇ ਨਾ ਸਾਨੂੰ ਇੰਜ ਤੜਪਾਗਾ ਕਾਇਨਾਤ ਚ ਸਭ ਤੋਂ ਨੀਵੀਆਂ ਦੇ ਕਦੇ ਘਰ ਤਸ਼ਰੀਫ ਲਿਆ ਤੁਹਾਡੀ ਦੀਦ ਅਸਾਡਾ ਹਜਵੇ ਤੁਸਾਂ ਭੱਲਿਆਂ ਦੇ ਹੱਥ ਲੱਜਵੇ ਤੁਸਾਂ ਭੱਲਿਆਂ ਦੇ ਈਦ ਆਈ ਮੇਰਾ ਯਾਰ ਨਹੀਂ ਆਇਆ ਕਮਾਲ ਸ਼ਾਲਾ ਖੈਰ ਹੋਵੇ ਉਹਦੇ ਤੋਂ ਜਿਸੇ ਸ਼ੈਤੇ ਨਜ਼ਰ ਨਹੀਂ ਜਾਂਦੀ ਸੁੱਖਾਂ ਵਾਲੀਆਂ ਸਈਆਂ ਸੁੱਖ ਨਾਲ ਸੋਵੇ ਗੁਲਾਮ ਫਰੀਦਾ ਮੇਰਾ ਯਾਰ ਨਹੀਂ ਆਇਆ ਮੇਰੀ ਈਦ ਕਿਸੇ ਨਾ ਕੰਮ ਦੀ ਨਾਰਾ ਤਕਬੀਰ ਬੈਠੇ ਹੋ ਨਾਰਾ ਤਕਬੀਰ ਨਾਰਾ ਰਿਸਾਲ ਨਾਰਾ ਤਹਕੀਕ ਨਾਰਾ ਹੈਦਰੀ ਨਾਰਾ ਗੌਸੀਆ ਮਾਸ਼ਾਅੱਲਾ ਮਕਬੂਲ ਅਰਬੋ ਅਜਮ ਮੇਰੇ ਮਸਲਕ ਕੇ ਮੁਮਤਾਜ ਆਲਮ ਬਾਮਲ ਤਹਫੁਜ ਖਤਮ ਨਬੂਵਤ ਕੇ ਪਹਿਰੇਦਾਰ ਮੇਰੀ ਮੁਰਾਦ ਹਜ਼ਰਤ ਅਲਾਮਾ ਮੌਲਾਨਾ ਕਾਰੀ ਮੁਹੰਮਦ ਮਕਬੂਲ ਆਸੀ ਨਕਸ਼ਬੰਦੀ ਮੁਜੱਦਦੀ ਚੁਰਾਹੀ ਆਫ ਬੂਰੇ ਵਾਲਾ ਤਸ਼ੀਫ ਲਾ ਚੁੱਕੇ ਹੈ ਸਾਦੇ ਪਿਆ ਮਕਬੂਲ ਆਸੀ ਯਾਦੇ ਪਿਆ ਨਾ ਆਸੀ
آ گئے ہیں الحمدللہ آپ کے سامنے ہیں. دعا کر اللہ پاک میرے مسلک کے ہر عالم بعمل کی خیر فرمائے, صحت کے ساتھ میرا مالک آپ کو سلامت رکھے. ابھی تھوڑی دیر بعد اپنی شیریں میٹھی شکر امیز صحرائی آواز کے ساتھ ہم سب کو اللہ کا قرآن اور نبی کا فرمان سنائیں گے. آپ سب ہاتھ اٹھا کے سبحان اللہ کب سنائیں گے؟ ٹھیک ہے, شکریہ. جی بسم اللہ. ایک باری باوز اللہ کو سبحان اللہ میں دو ترے فرمائشیں ہیں تے بالکل مختصر مختصر کر کے میں پیش کرنے, علامہ صاحب نہ آدھے تو بل میں پوری پڑھا ہاں نات, لیکن مختصر کرنے دوستوں کو راضی کرنے. حاجی ممتاز صاحب را حکم کیتے اور بھائی حافظ غلام مصطفی صاحب نے آکھے بھی لبیک دا نعرہ بھی لواونے. لبیک دا نعرہ اسی نہ لوے سو تو کون لوے سی؟ ہیں اللہ اکبر, توجہ ہے. اچھا لبیک دا نعرہ تسا لاونے تے گج وج کے لاونے, پریشان بھی نہیں تھی منا. بھائی حافظ غلام مصطفی صاحب بھی ماشاءاللہ اے بھی غازی ہیں ماشاءاللہ, ختم نبوت تے پہرہ دار ہیں ماشاءاللہ. حافظ صاحب نے میرے کو پولیس والے آدھے چل آ تے کو چھوڑے نے, میں انہوں نے ویندا پیا آدھے نہیں تھا دس خط کر بھی ایندا تو انہاں دے جلسے جلوس سے کہنا ویسے آدھے میں تو اگو آکھے میں چھوڑو. ہاں ایمان ہی ہونا چاہیے. اللہ اکبر, بڑا ہی پیارا کلام ہے, توجہ نہ سماعت فرماؤ. مولا پوچھا وشالا محمد دی جھوک تے, ہاں ہاں مولا پوچھا وشالا محمد دی جھوک تے, ہن رہن بس نی دیندا مدینے دا شوق تے, ہن رہن بس نی دیندا